ਰੋਡਵੇਜ਼ ਦੀਆਂ ਦੋ ਬੱਸਾਂ ਹਾਦਸੇ ਦਾ ਸ਼ਿਕਾਰ ਹੋਈਆਂ ਨੇ। ਕਿਹਾ ਜਾ ਰਿਹਾ ਕਿ ਪੀਆਰਟੀਸੀ ਅਤੇ ਪਨ ਬੱਸ ਦੇ ਅੱਗੇ ਜਾ ਰਿਹਾ ਇੱਕ ਕੈਂਟਰ ਪਲਟ ਗਿਆ, ਜਿਸ ਦੇ ਕਾਰਨ ਦੋਵੇਂ ਬੱਸਾਂ ਆਪਸ ਦੇ ਵਿੱਚ ਟਕਰਾ ਗਈਆਂ ਤੇ ਅੱਗੇ ਜਾ ਰਹੀ ਪੀਆਰਟੀਸੀ ਦੀ ਬੱਸ ਪਹਿਲਾਂ ਕੈਂਟਰ ਦੇ ਨਾਲ ਟਕਰਾਈ ਹੈ, ਜਿਸ ਦੇ ਕਾਰਨ ਕਈ ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਨੇ। ਤਾਂ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਕੈਂਟਰ ਅਚਾਨਕ ਹੀ ਪਲਟ ਗਿਆ, ਜਿਸ ਤੋਂ ਬਾਅਦ ਇਸ ਦੇ ਪਿੱਛੇ ਚੱਲ ਰਹੀਆਂ ਦੋ ਰੋਡਵੇਜ਼ ਦੀਆਂ ਬੱਸਾਂ ਇਸ ਦੇ ਨਾਲ ਟਕਰਾ ਜਾਂਦੀਆਂ ਨੇ, ਜਿਸ ਦੇ ਕਾਰਨ ਕਈ ਸਵਾਰੀਆਂ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਨੇ। ਤਾਂ ਦੱਸ ਦਈਏ ਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੈਂਟਰ ਜੋ ਹੈ ਉਹ ਪਲਟਿਆ ਹੋਇਆ ਅਤੇ ਇਸ ਦੇ ਠੀਕ ਪਿੱਛੇ ਦੋ ਬੱਸਾਂ ਵੀ ਆਪਸ 'ਚ ਟਕਰਾਈਆਂ ਹੋਈਆਂ ਨੇ। ਹਾਲਾਂਕਿ ਗਨੀਮਤ ਰਹੀ ਹੈ, ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ, ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਇੱਕ ਵੱਡਾ ਹਾਦਸਾ ਬਠਿੰਡਾ ਦੇ ਵਿੱਚ ਜ਼ਰੂਰ ਵਾਪਰਿਆ, ਕਿਉਂਕਿ ਦੋ ਰੋਡਵੇਜ਼ ਦੀਆਂ ਬੱਸਾਂ ਆਪਸ ਦੇ ਵਿੱਚ ਟਕਰਾਈਆਂ ਨੇ। ਕਿਹਾ ਜਾ ਰਿਹਾ ਕਿ ਇੱਕ ਕੈਂਟਰ ਪਹਿਲਾਂ ਇਹਨਾਂ ਦੇ ਅੱਗੇ ਜਾ ਰਿਹਾ ਸੀ ਅਤੇ ਅਚਾਨਕ ਹੀ ਉਹ ਕੈਂਟਰ ਪਲਟ ਗਿਆ। ਹਾਲਾਂਕਿ ਜੋ ਬੱਸ ਦਾ ਕੰਡਕਟਰ ਹੈ ਉਸਦਾ ਕਹਿਣਾ ਹੈ ਕਿ ਜੋ ਕੈਂਟਰ ਦਾ ਡਰਾਈਵਰ ਹੈ ਉਹ ਬਾਰ ਬਾਰ ਆਪਣੀ ਗੱਲਾਂ ਤੋਂ ਬਦਲਦਾ ਨਜ਼ਰ ਆ ਰਿਹਾ, ਕਿਉਂਕਿ ਪਹਿਲਾਂ ਕੈਂਟਰ ਦੇ ਚਾਲਕ ਵੱਲੋਂ ਕਿਹਾ ਜਾ ਰਿਹਾ ਸੀ ਕਿ ਅਚਾਨਕ ਟਾਇਰ ਫਟਿਆ, ਜਿਸ ਦੇ ਕਾਰਨ ਇਹ ਕੈਂਟਰ ਪਲਟਿਆ, ਪਰ ਜਦੋਂ ਟਾਇਰਾਂ ਨੂੰ ਉਸਦੇ ਚੈੱਕ ਕੀਤਾ ਗਿਆ ਤਾਂ ਕਿਹਾ ਜਾ ਰਿਹਾ ਕਿ ਚਾਰੋ ਟਾਇਰ ਉਸਦੇ ਸਹੀ ਸੀ। ਫਿਰ ਉਸ ਤੋਂ ਬਾਅਦ ਦੇ ਵਿੱਚ ਕੈਂਟਰ ਚਾਲਕ ਦੇ ਵੱਲੋਂ ਕਿਹਾ ਜਾ ਰਿਹਾ ਕਿ ਗੱਡੀ ਡਿਵਾਈਡਰ ਦੇ ਨਾਲ ਟਕਰਾਈ ਹੈ। ਫਿਲਹਾਲ ਇਹ ਜਾਂਚ ਦਾ ਵਿਸ਼ਾ ਕਿ ਕਿਸ ਦੀ ਵਜ੍ਹਾ ਦੇ ਨਾਲ ਇਹ ਹਾਦਸਾ ਵਾਪਰਿਆ, ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾ ਰਿਹਾ। ਅੱਗੋਂ ਕੈਂਟਰ ਵੱਲ ਦੀ ਗਲਤੀ ਸੀ, ਉਹਨੇ ਇੱਕੋਦਮ ਬ੍ਰੇਕ ਮਾਰੇ, ਪਿੱਛੋਂ ਆ ਕੇ ਇੱਕ ਬੱਸ ਵੱਜੀ, ਉਸ ਤੋਂ ਬਾਅਦ ਪਿੱਛੇ ਸਾਡੀ ਬੱਸ ਵੱਜੀ। ਕਿੰਨੇ ਸਵਾਰੀਆਂ ਜ਼ਖਮੀ ਹੋਈਆਂ? ਲਗਭਗ 8-10 ਸਵਾਰੀਆਂ ਤਾਂ ਹੈਗੀਆਂ ਜੀ। ਇਹਨਾਂ ਸਵੇਰ 5:30 ਵਜੇ ਦੇ ਕਰੀਬ ਮੂਰੇ ਇੱਕ ਕੈਂਟਰ ਸੀਗਾ, ਕੈਂਟਰ ਮੂਰੇ ਆਉਣ ਕਰਕੇ ਬੱਸਾਂ ਦੇ ਉਹ ਪਲਟ ਗਿਆ, ਤੇ ਬੱਸ ਵੀ ਆਰਟੀਸੀ ਦੇ ਇੱਕ ਪੰਡ ਤੱਕ ਦੀ ਆ ਰਹੀ ਸੀ, ਫਿਰ ਡੱਬਲੇ ਸਾਈਡ ਤੋਂ ਉਹ ਪਿੱਛੋਂ ਵੱਜ ਗਿਆ। ਕਿੰਨੇ ਕਿੰਨੇ ਜ਼ਖਮੀ ਹੋਏ? ਇਹ ਤੇ 5-6 ਪੇਸ਼ੈਂਟ ਹੈ ਜਿਹਨਾਂ ਦੇ ਕਸਟਮਰ ਜੀ। ਮੈਂ ਪਿੱਛੇ ਬੈਠਾ ਸੀਗਾ ਡਰਾਈਵਰ, ਜੀ ਬੱਸ ਚੰਡੀਗੜ੍ਹ ਜਾਣੀ ਸੀ ਬਠਿੰਡਿਓ, ਇੱਥੇ ਹਸਪਤਾਲ ਕੋਲੇ ਆ ਕੇ ਬਠਿੰਡੇ ਕੈਂਟਰ ਵਾਲੇ ਨੇ ਇੱਕਦਮ ਮੂਹਰੇ ਕਰਤਾ ਕੈਂਟਰ, ਪਹਿਲਾਂ ਤਾਂ ਰੋਡਵੇਜ਼ ਬੱਸ ਵੱਜੀ ਉਹ 'ਚ ਐਮਰਜੈਂਸੀ, ਇਹ ਬੱਸ ਸਾਡੀ ਮਗਰ ਸੀਗੀ ਅਤੇ ਜਦੋਂ ਐਮਰਜੈਂਸੀ ਬ੍ਰੇਕ ਵੱਜੀ ਉਹਦੇ ਵਿੱਚ ਵੱਜੀ, ਆਪ ਸਮੇਂ ਦੋਨੇ ਬੱਸਾਂ ਉਹਦੇ ਕੈਂਟਰ ਦੇ ਵਿੱਚ ਵੱਜੀ। ਜ਼ਖਮੀ ਕਿੰਨੇ ਕੋਈ? ਜ਼ਖਮੀ ਜੀ ਹੈਗੀਆਂ 5-6 ਸਵਾਰੀਆਂ ਹੈਗੀਆਂ। ਸੱਟਾਂ ਜ਼ਿਆਦਾ ਕਿ ਕਿੰਨੇ? ਕਾਕੇ ਲੱਗੇ ਜੀ 2-3 ਦੇ ਤਾਂ, ਅਤੇ ਮੇਰੇ ਵੀ, ਮੈਂ ਸਾਡੇ ਡਰਾਈਵਰ ਦੇ ਮਗਰ ਹੀ ਬੈਠਾ ਸੀਗਾ, ਮੰਗਲੈਰ ਨਹੀਂ ਜੀ ਸੀਗੀ, ਮੇਰਾ ਮੱਥਾ ਵੱਜਿਆ ਪੱਗ ਦਾ ਕਰਕੇ ਥੋੜ੍ਹੀ ਬਚਤ ਰਹੇਗੀ ਅਤੇ ਸਿਰ ਦੁਖੀ ਜਾਂਦਾ। ਹੁਣ ਕੀ ਲੱਗਦਾ ਕਿਸ ਤਰ੍ਹਾਂ ਹੋਇਆ ਡਰਾਈਵਰ ਨੇ ਕਦਮ ਕੀ ਕਰਨਾ? ਕੈਂਟਰ ਵਾਲੇ ਦੀ, ਕੈਂਟਰ ਵਾਲੇ ਦੀ ਗਲਤੀ ਸੀ ਸਾਰੀ, ਉਹਨੇ ਇੱਕਦਮ ਮੂਹਰੇ ਕਰਤਾ ਕੈਂਟਰ ਅਤੇ ਮਗਰ ਰੋਡਵੇਜ਼ ਵੱਜੀ, ਮੀਂਹ ਪੈਂਦਾ ਸੀਗਾ, ਮੀਂਹ ਪੈਣ ਕਰਕੇ ਬੱਸ ਰੁਕੀ ਨਹੀਂ ਅਤੇ ਉਦੋਂ ਮਗਰ ਫਿਰ ਸਾਡੀ ਵੱਜੀ, ਦੋਨੇ ਬੱਸਾਂ ਵੱਜੀਆਂ। ਮੈਂ PRTC ਦਾ ਕੰਡਕਟਰ 4VEE ਤੋਂ ਚੱਲ ਕੇ ਆਇਆ ਜੀ। ਜਦੋਂ ਅਸੀਂ ਬਠਿੰਡੇ ਐਂਟਰ ਹੋਏ ਸਰਕਾਰੀ ਹਸਪਤਾਲ ਕੋਲੇ, ਤਾਂ ਇੱਕ ਕੈਂਟਰ ਨੇ ਅਚਾਨਕ ਪਹਿਲਾਂ ਫੁੱਟਪਾਥ 'ਚ ਮਾਰਿਆ, ਉਹਦੇ ਨਾਲ ਹੀ ਪਿੱਛੇ ਪੰਜਾਬ ਰੋਡਵੇਜ਼ ਸੀ, ਤਾਂ ਉਹਨੇ ਅੱਗੇ ਕਰਤਾ ਪੰਜਾਬ ਰੋਡਵੇਜ਼, ਉਹਦੇ ਵਿੱਚ ਵੱਜੀ, ਤਾਂ ਪਿੱਛੇ ਸਾਡੀ PRTC ਬੱਸ ਆ ਰਹੀ ਸੀ, ਤਾਂ ਉਹ ਆ ਕੇ ਵਿੱਚ ਰੋਡਵੇਜ਼ ਦੇ ਵੱਜੀ, ਕੈਂਟਰ ਵਾਲੇ ਦੀ ਵਜ੍ਹਾ ਕਰਕੇ ਦੋ ਬੱਸਾਂ ਇੱਕ ਦੂਜੀ ਦੇ ਵਿੱਚ ਵੱਜੀਆਂ ਆ ਕੇ, ਪਹਿਲਾਂ ਕੈਂਟਰ ਆ ਕੇ ਵੱਜੀਆਂ। ਕਿੰਨੀਆਂ ਸੱਟਾਂ ਵੱਜੀਆਂ ਸਵਾਰੀਆਂ ਦੀਆਂ? ਸਵਾਰੀਆਂ ਤਾਂ ਹੈਗੀਆਂ 7-8 ਸਵਾਰੀਆਂ ਦੀ ਸੱਟਾਂ ਕਾਫੀ ਹੈਗੀਆਂ।
ਮੈਂ ਇੱਕੋ ਦੋ ਦੇ ਦੰਦ ਟੁੱਟ ਗਿਆ ਤੇ ਟਾਂਕੇ ਤਕਰੀਬਨ ਆਖੀਆਂ ਤੇ ਲੱਗੇ। ਕੀ ਲੱਗਦਾ ਵੀ ਕਿ ਮੇਰੇ ਆਪ ਦੇ ਵੀ ਕੀ ਹੋ ਸਕਦਾ ਕਿ ਇਹ ਕੈਂਟਰਾ ਦੀ ਫੁੱਲ ਗੱਲ ਤੇ ਉਹ ਪਹਿਲਾਂ ਝੂਠ ਬੋਲੀ ਜਾਂਦਾ ਪੈਰ ਪੈਰ ਤੇ ਪਹਿਲਾਂ ਤਾਂ ਕਹਿੰਦਾ ਕਹਿੰਦਾ ਟਾਇਰ ਫਟ ਗਿਆ ਸੀ, ਟਾਇਰ ਵੇਖੇ ਚਾਰੇ ਜਾ ਕੇ ਨਵੇਂ ਟਾਇਰ ਆ, ਕੁਛ ਨਹੀਂ ਹੋਇਆ ਉਹਨੂੰ ਟਾਇਰਾਂ ਨੂੰ। ਫੇਰ ਕਹਿੰਦਾ ਮੈਂ ਸਰਕਾਰੀ ਹਸਪਤਾਲ ਕੋਲੋਂ ਨਿਕਲਿਆ ਸੀ, ਉਹ ਬਾਰ ਬਾਰ ਝੂਠ ਬੋਲ ਰਿਹਾ ਤੇ ਖਰਚਾ ਹੀ ਹੋਣਾ ਚਾਹੀਦਾ, ਉਹ ਤੇ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਇੰਨੇ ਸਵਾਰੀਆਂ ਨੇ ਜ਼ਖਮੀ ਕੀਤਾ, ਉਹਨੇ ਦੋ ਬੱਸਾਂ ਦਾ ਨੁਕਸਾਨ ਹੋਇਆ। ਬੱਸਾਂ ਦਾ ਫੁੱਲ ਨੁਕਸਾਨ ਹੈ, ਅੱਗੋਂ ਫਰੰਟ ਖਤਮ ਹੈ ਸਾਰੀਆਂ, ਪੰਜਾਬ ਰੋਡਵੇਜ਼ ਵੀ ਖਤਮ ਤੇ ਪੀ ਆਰ ਟੀ ਸੀ ਦਾ ਫੁੱਲ ਹੀ ਖਤਮ ਅੱਗੋਂ। 35 ਗੱਡੀ ਧੰਨਵਾਦ ਕਰਾਂ ਪੰਜਾਬ ਰੋਡਵੇਜ਼ ਕੀ ਮਾਮਲੇ ਕਿਉਂ ਇੱਥੇ ਮਾਮਲੇ ਇੱਦਾਂ ਡੱਬਲੇ ਤੋਂ ਆਏ ਕਿ ਮੈਂ ਚੱਲ ਕੇ 4:25 ਤੇ ਅਤੇ ਜਿਉਂ ਹੀ ਇੱਥੇ ਪਹੁੰਚੇ ਮੂਹਰੇ ਗੱਡੀ ਆ ਰਹੀ ਸੀਗੀ ਕੈਂਟਰਾ 407 ਗੱਡੀ ਅਤੇ ਇਸ ਗੱਡੀ 'ਚ ਮੂਹਰੇ ਕੀ ਰੱਬ ਜਾਣੇ ਕੀ ਹੋਇਆ, ਤੁਹਾਨੂੰ ਮਿਲਿਆ ਕੀ ਹੋਇਆ ਵਾ, ਇੱਕ ਲੰਚ ਵਾਲੇ ਗੱਡੀ ਦੇ ਮੂਹਰੇ ਆ ਕੇ ਪਲਟ ਗਈ ਮੇਰੀ ਗੱਡੀ ਦੀ ਅਤੇ ਮੇਰੀ ਗੱਡੀ ਪਿੱਛੇ ਲੱਗੀ ਤਾਂ ਪਿੱਛੇ ਆ ਕੇ ਬਠਿੰਡਾ ਟਿੱਪ ਦੀ ਗੱਡੀ ਹੋਰ ਲੱਗੀ ਆ ਗਈ। ਜ਼ਖਮੀ ਕਿੰਨੇ ਬੰਦੇ ਹੋਏ ਆ? ਮੈਂ ਤਾਂ ਮੇਰੀ ਗੱਡੀ ਤਾਂ ਹੈ ਨਹੀਂ ਸਵਾਰੀ ਜੀ, ਕੋਈ 2-4 ਸਵਾਰੀਆਂ ਸੀ ਉੱਤਰ ਗਈਆਂ ਸੀਗੀਆਂ ਜੀ। ਇਹਦੇ 'ਚ ਸੱਟ ਲੱਗੀਆਂ ਗਈਆਂ ਜੀ? ਨਹੀਂ ਜੀ ਨਹੀਂ, ਇਹ ਫਿਰ ਸਹੀ ਹੈ ਜੀ। ਬੰਦੇ ਸਾਰੇ ਸਹੀ ਨੇ? ਹਾਂਜੀ ਬੰਦੇ ਸਾਰੇ ਸਹੀ ਨੇ। ਹਾਂ ਮੇਰੇ ਬੰਦੇ ਸਹੀ ਨੇ ਸਾਰੇ ਜੀ। ਇਹ ਜਿਹੜਾ ਸੀਗਾ ਦਿੱਲੀ ਦਾ ਕੈਂਟਰ ਵਾਲਾ, ਇਹ ਕੈਂਟਰ ਵਾਲਾ ਸਹੀ ਹੈ, ਇਹਨੂੰ ਡਰਾਈਵਰ ਨੂੰ ਪੁੱਛਿਆ ਵੀ ਕੀ ਗੱਲ ਹੋਈ ਆ ਕੀ ਹੋਇਆ, ਕਹਿੰਦਾ ਮੇਰਾ ਗੱਡੀ ਦਾ ਟਾਇਰ ਫਟ ਗਿਆ ਜੀ ਕਹਿੰਦਾ। ਅਤੇ ਜਦ ਕਹਿੰਦਾ ਟਾਇਰ ਬਿਲਕੁਲ ਚਾਰੇ ਟਾਇਰ ਸਹੀ ਨੇ, ਕੋਈ ਟਾਇਰ ਨਹੀਂ ਵੱਲਦਾ, ਗੱਡੀ ਇਹ ਵੱਡੀ ਆ, ਓਵਰਲੋਡ ਸੀਗਾ ਗੱਡੀ 'ਚ, ਓਵਰਲੋਡ ਹੋਣ ਕਰਕੇ ਪੂਰੇ ਗੱਡੀ ਪਲਟੀ ਆ ਜੀ। ਇਨਸਾਨ ਕਿੰਨਾ ਕੋਈ ਨੁਕਸਾਨ? ਕਿੰਨਾ ਨੁਕਸਾਨ ਹੈਗਾ ਦੇਖ ਲਓ, ਘੱਟੋ ਘੱਟ ਲਾ ਲਓ ਮੇਰੀ ਗੱਡੀ ਦਾ ਤਾਂ ਹੈਗਾ ਜੀ 1.5-2 ਲੱਖ ਦਾ ਨੁਕਸਾਨ ਆ। ਕਿਹੜੀ ਟਿੱਪੂ ਦੀ ਗੱਡੀ ਸੀ? ਨਵਾਂ ਸ਼ਹਿਰ ਟਿੱਪੂ ਜੀ।